ਰਾਜ ਮੰਨੂਗੇ। ਤਾਂ ਇਹਦੇ ਵਿੱਚ ਕੀ ਦੱਸਿਆ ਹੋਇਆ ਚੈਪਟਰ ਦੇ ਸਟਾਰਟਿੰਗ ਵਿੱਚ ਆਪਾਂ ਪੜ੍ਹਦੇ ਹਾਂ ਵੀ ਜਿਹੜੇ ਰਿਆਸਤ ਦੀਵਾਨਗੜ੍ਹ ਸੀ, ਜਿਵੇਂ ਰਿਆਸਤ ਦਾ ਨਾਮ ਕੀ ਹੈ ਦੀਵਾਨਗੜ੍ਹ, ਉੱਥੇ ਦਾ ਦੀਵਾਨ ਸੀ ਸਜਾਨ ਸੀ, ਉਹ ਕੀ ਹੈ ਬਜ਼ੁਰਗ ਹੋ ਗਿਆ ਸੀਗਾ। ਤਾਂ ਆਪਣੇ ਗੁਰੂ ਕੀ ਹੈ ਪਰਮਾਤਮਾ ਦੇ ਨਾਮ ਦੀ ਯਾਦ ਆਈ, ਉਹਨੇ ਕੀ ਸੋਚਿਆ ਵੀ ਮੈਨੂੰ ਗੁਰੂ ਕੀ ਹੈ ਵੀ ਦੀਵਾਨੀ ਦਾ ਕੰਮ ਛੱਡ ਕੇ ਕੀ ਕਰਨਾ ਚਾਹੀਦਾ ਹੈਗਾ, ਪਰਮਾਤਮਾ ਦਾ ਨਾਮ ਲੈਣਾ ਚਾਹੀਦਾ। ਤਾਂ ਉਹਨੇ ਕੀ ਕੀਤਾ, ਰਾਜੇ ਕੋਲ ਜਾ ਕੇ ਬੇਨਤੀ ਕੀਤੀ ਵੀ ਮੈਂ ਦਾਸ ਨੇ ਤੁਹਾਡੀ ਸ਼੍ਰੀਮਾਨ ਜੀ 4 ਸਾਲ ਤੱਕ ਸੇਵਾ ਕੀਤੀ ਹੈ, ਤਾਂ ਹੁਣ ਮੇਰੀ ਉਮਰ ਕੀ ਹੈ ਢਲ ਗਈ ਹੈ ਅਤੇ ਮੇਰੇ ਵਿੱਚ ਕੀ ਹੈ ਰਾਜਭਾਗ ਦਾ ਕੰਮ ਸੰਭਾਲਣ ਦੀ ਸ਼ਕਤੀ ਨਹੀਂ ਰਹੀ ਹੈ, ਜੇ ਕਿਤੋਂ ਮੇਰੇ ਤੋਂ ਭੁੱਲ ਚੁੱਕ ਹੋ ਗਈ ਤਾਂ ਬੁਢਾਪੇ ਵਿੱਚ ਦਾਗ ਲੱਗ ਜਾਊਗਾ, ਵੀ ਤਾਂ ਸਾਰੀ ਜ਼ਿੰਦਗੀ ਦੀ ਨੀਮਨਾਮੀ ਮਿੱਟੀ ਵਿੱਚ ਮਿਲ ਜਾਊ। ਤਾਂ ਕੀ ਸੀ ਕਹਿੰਦੇ ਜਿਹੜਾ ਦੀਵਾਨ ਰਿਆਸਤ ਦੀਵਾਨਗੜ੍ਹ ਦਾ ਦੀਵਾਨ ਸਜਾਨ ਸਿੰਘ ਸੀ, ਉਹ ਬਜ਼ੁਰਗ ਹੋ ਚੁੱਕਾ ਸੀ, ਉਹਨੇ ਰਾਜੇ ਨੂੰ ਕੀ ਬੇਨਤੀ ਕੀਤੀ ਵੀ ਹੁਣ ਮੈਂ ਕੀ ਆਪਣੀ ਸੇਵਾ ਤੋਂ ਮੁਕਤ ਹੋਣਾ ਚਾਹੁੰਦਾ ਹਾਂ, ਮੈਨੂੰ ਸੇਵਾ ਦੀਵਾਨ ਸੇਵਾ ਦਾ 40 ਸਾਲ ਹੋ ਗਏ, ਤਾਂ ਹੁਣ ਮੇਰੀ ਉਮਰ ਕੀ ਹੈ ਢਲ ਚੁੱਕੀ ਹੈ, ਮੇਰੇ ਵਿੱਚ ਕੀ ਹੈ ਕੰਮ ਕਰਨ ਦੀ ਇੰਨੀ ਸ਼ਕਤੀ ਨਹੀਂ ਰਹੀ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤਾਂ ਮੇਰੀ ਸਾਰੀ ਇੱਜ਼ਤ ਕੀ ਹੈ ਨਾਮ ਕੀ ਹੈ ਦਾਸ ਆ ਗਿਆ ਸੀਗਾ। ਤਾਂ ਜਿਹੜਾ ਰਾਜਾ ਕੀ ਸੀ, ਉਹ ਕੀ ਸੀ ਆਪਣੇ ਅਨੁਭਵੀ ਅਤੇ ਨੀਤੀਵਾਨ ਦੀਵਾਨ ਦਾ ਬਹੁਤ ਆਦਰ ਕਰਦਾ ਸੀਗਾ, ਉਹਨੇ ਰਾਜੇ ਦੀਵਾਨ ਨੂੰ ਜਿਹੜਾ ਸਮਝਾਇਆ ਪਰ ਦੀਵਾਨ ਨਾ ਮੰਨੇ, ਤਾਂ ਉਹਨਾਂ ਨੇ ਕੀ ਕੀਤਾ ਰਾਜੇ ਨੇ ਕੀ ਕਿਹਾ ਮੈਨੂੰ ਕਿ ਨਵਾਂ ਦੀਵਾਨ ਲੱਭ ਕੇ ਦੇ ਦਿਓ ਅਤੇ ਮੈਂ ਕਿ ਤੁਹਾਨੂੰ ਸੇਵਾ ਮੁਕਤ ਕਰ ਦੇਵਾਂਗਾ। ਤਾਂ ਦੂਜੇ ਹੀ ਦਿਨ ਦੇਸ਼ ਦੀਆਂ ਪ੍ਰਸਿੱਧ ਅਖਬਾਰਾਂ, ਪ੍ਰਸਿੱਧ ਹੁੰਦਾ ਮਸ਼ਹੂਰ ਅਖਬਾਰਾਂ ਵਿੱਚ ਇੱਕ ਵਿਗਿਆਪਨ ਨਿਕਲਿਆ ਵੀ ਕੈਸ਼ ਬੀਬੀ ਦੀਵਾਨਗੜ੍ਹ ਵਿੱਚ ਲਈ ਕਿ ਇੱਕ ਯੋਗ ਦੀਵਾਨ ਦੀ ਜ਼ਰੂਰਤ ਹੈ, ਜਿਹੜਾ ਵੀ ਸੱਜਣ ਆਪਣੇ ਆਪ ਨੂੰ ਇਸ ਪਦਵੀ ਦੇ ਯੋਗ ਸਮਝੇ ਉਹ ਕੀ ਹੈ ਸੁਜਾਨ ਸਿੰਘ ਦੀ ਸੇਵਾ ਵਿੱਚ ਹਾਜ਼ਰ ਹੋਵੇ। ਤਾਂ ਅਗਲੇ ਦਿਨ ਕੀ ਅਖਬਾਰ ਵਿੱਚ ਕੀ ਵਿਗਿਆਪਨ ਛਪਿਆ ਵੀ ਜਿਹੜਾ ਦੀਵਾਨਗੜ੍ਹ ਦੇ ਦੀਵਾਨਗੜ੍ਹ ਦੀ ਰਿਆਸਤ ਵਾਸਤੇ ਇੱਕ ਦੀਵਾਨ ਦੀ ਜ਼ਰੂਰਤ ਹੈ, ਜਿਹੜਾ ਵੀ ਉਮੀਦਵਾਰ ਇਸ ਸੇਵਾ ਵਾਸਤੇ ਹੋਣਾ ਚਾਹੀਦਾ ਹੈਗਾ ਉਹ ਕੀ ਹੈ ਜਿਹੜਾ ਦੀਵਾਨ ਹੈਗਾ ਮੌਜੂਦਾ ਦੀਵਾਨ ਹੈ ਸੁਜਾਨ ਸਿੰਘ ਉਹਦੀ ਸੇਵਾ ਵਿੱਚ ਕੀ ਹੈ ਪਲ ਹਾਜ਼ਰ ਹੋਵੇ। ਤਾਂ ਉਹਦੇ ਉਹਨਾਂ ਨੇ ਨਾਲ ਕੀ ਕਿਹਾ ਵੀ ਇਹ ਜ਼ਰੂਰੀ ਨਹੀਂ ਹੈ ਉਹ ਗ੍ਰੈਜੂਏਟ ਹੋਰ ਵੀ ਗ੍ਰੈਜੂਏਟ ਤਾਂ ਹੀ ਉਹਦੀ ਡਿਗਰੀ ਕੀਤੀ ਹੋਵੇ, ਪੜ੍ਹਿਆ ਲਿਖਿਆ ਹੋਵੇ, ਵੀ ਉਹ ਇਨਸਾਨ ਕੀ ਹੈ ਸਿਹਤਮੰਦ ਹੋਣਾ ਚਾਹੀਦਾ, ਠੀਕ ਹੈ, ਅਤੇ ਕਮਜ਼ੋਰ ਬੰਦੇ ਨੂੰ ਇੱਥੇ ਆਉਣ ਦਾ ਕਸ਼ਟ ਕਰਨ ਦੀ ਕੀ ਹੈ। ਤਾਂ ਉਹਨਾਂ ਨੇ ਕੀ ਕਿਹਾ ਵੀ ਉਮੀਦਵਾਰਾਂ ਨੂੰ ਕੀ ਹੈ ਇੱਕ ਮਹੀਨਾ ਉਹਨਾਂ ਦੇ ਰਹਿਣ ਸਹਿਣ ਅਤੇ ਆਚਾਰ ਵਿਹਾਰ ਦੀ ਕੀ ਹੈ ਪਰਖ ਕੀਤੀ ਜਾਊਗੀ, ਜਿਹੜਾ ਵੀ ਆਦਮੀ ਇਸ ਪ੍ਰੀਖਿਆ 'ਤੇ ਖਰਾ ਉਤਰੇਗਾ ਪੂਰਾ ਉਤਰੇਗਾ ਉਹਨੂੰ ਕੀ ਹੈ ਇਸ ਉੱਚ ਪਦਵੀ 'ਤੇ ਸ਼ੋਭਿਤ ਕੀਤਾ ਜਾਵੇਗਾ, ਭਾਵ ਉਹਨੂੰ ਕਿ ਦੀਵਾਨ ਦੀ ਪਦਵੀ ਦਿੱਤੀ ਜਾਊਗੀ। ਤਾਂ ਇਸ ਵਿਗਿਆਪਨ ਨੇ ਕੀ ਕੀਤਾ ਸਾਰੇ ਦੇਸ਼ ਵਿੱਚ ਕੀ ਹੈ ਤਹਿਲਕਾ ਮਚਾ ਦਿੱਤਾ, ਤਹਿਲਕਾ ਹੁੰਦਾ ਹੈਗਾ ਵੀ ਮਤਲਬ ਹਾਹਾਕਾਰ ਕਿਸੇ ਚੀਜ਼ ਦੀ ਵੀ ਫਲਾਉਣੀ, ਕੋਈ ਜਿਵੇਂ ਕੋਈ ਨਿਊਜ਼ ਫੈਲਦੀ ਹੈ ਨਾ ਤੇਜ਼ੀ ਨਾਲ, ਇਸ ਤਰੀਕੇ ਨਾਲ ਕੀ ਸੀ ਇਹ ਦੀਵਾਨ ਦੀ ਪਦਵੀ ਦੀ ਜਿਹੜੀ ਨਿਊਜ਼ ਸੀ ਉਹ ਵੀ ਕੀ ਹੈ ਫੈਲ ਗਈ ਸੀਗੀ, ਹਰ ਕੋਈ ਕੀ ਸੀ ਵੀ ਆਪਣੇ ਭਾਗ ਪਰਖਣ ਲਈ ਆਪਣੀ ਕਿਸਮਤ ਪਰਖਣ ਲਈ ਚੱਲ ਪਿਆ ਸੀਗਾ। ਤਾਂ ਕਿਸੇ ਦੇ ਵੀ ਕੋਈ ਬੰਦਿਸ਼ ਨਹੀਂ ਸੀ, ਇਹ ਸਿਰਫ ਇੱਕ ਨਸੀਬਾਂ ਦੀ ਖੇਡ ਸੀ, ਕਰਮਾਂ ਦੀ ਖੇਡ ਸੀ। ਕਹਿੰਦੇ ਇਸੇ ਤਰ੍ਹਾਂ ਹੀ ਫਿਰ ਕਹਿੰਦੇ ਦੀਵਾਨਗੜ੍ਹ ਵਿੱਚ ਨਵੇਂ ਨਵੇਂ ਰੰਗ ਬਿਰੰਗੇ ਮਨੁੱਖ ਦਿਖਾਈ ਦੇਣ ਲੱਗੇ, ਕਹਿੰਦੇ ਕੋਈ ਰੇਲ ਗੱਡੀ 'ਤੇ ਆ ਰਿਹਾ ਸੀ, ਕੋਈ ਕਹਿੰਦੇ ਪੰਜਾਬ ਤੋਂ ਆ ਰਿਹਾ ਸੀ, ਕੋਈ ਮਦਰਾਸ ਤੋਂ, ਅਤੇ ਕੋਈ ਕਹਿੰਦੇ ਨਵਾਂ ਫੈਸ਼ਨ ਪ੍ਰੈਸ ਸੀਗਾ ਨਵੇਂ ਫੈਸ਼ਨ, ਅਤੇ ਕੋਈ ਕਹਿੰਦੇ ਪੁਰਾਣੀ ਸਾਦਗੀ ਦਾ ਪਸੰਦ ਸੀ, ਕਹਿੰਦੇ ਪੰਡਤ ਮੌਲਵੀ ਸਭੀ ਸਾਰੇ ਤਰ੍ਹਾਂ ਦੇ ਲੋਕ ਹੀ ਸੀ ਆ ਰਹੇ ਸੀ, ਕਹਿੰਦੇ ਇਸ ਵਾਸਤੇ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਸੀ। ਕਹਿੰਦੇ ਸੁਜਾਨ ਸਿੰਘ ਨੇ ਉਹਨਾਂ ਦਾ ਕੀ ਕੀਤਾ, ਕਹਿੰਦੇ ਸਾਰੇ ਉਮੀਦਵਾਰਾਂ ਦਾ ਵਧੀਆ ਆਦਰ ਸਵੀਕਾਰ ਕੀਤਾ, ਵਧੀਆ ਉਹਨਾਂ ਦਾ ਰਹਿਣ ਵਾਸਤੇ ਕੀ ਹੈ ਪ੍ਰਬੰਧ ਕੀਤਾ, ਕਹਿੰਦੇ ਲੋਕ ਆਪਣੇ ਆਪਣੇ ਕਮਰਿਆਂ ਵਿੱਚ ਬੈਠੇ, ਕਹਿੰਦੇ ਦੇ ਮੁਸਲਮਾਨਾਂ ਦੇ ਰੋਜ਼ਿਆਂ ਵਾਂਗ ਕੀ ਹੈ ਦਿਨ ਗਿਣ ਰਹੇ ਸੀ, ਕਹਿੰਦੇ ਜਿਵੇਂ ਵਿੱਤੀ ਦਿਨ ਗਿਣ ਰਹੇ ਸੀ ਉਹਨਾਂ ਦੇ, ਕਹਿੰਦੇ ਉਮੀਦਵਾਰ ਆਪਣੇ ਆਪ ਨੂੰ ਕੀ ਹੈ ਆਪਣੀ ਬੁੱਧੀ ਦੇ ਅਨੁਸਾਰ ਕੀ ਵਧੀਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਹਰੇਕ ਉਮੀਦਵਾਰ ਨੂੰ ਆਏ ਸੀ ਵੀ ਮੈਂ ਆਪਣਾ ਟੈਸਟ ਦੇਵਾਂ, ਠੀਕ ਹੈ। ਤਾਂ ਕਹਿੰਦੇ ਜਿਹੜੇ ਲੋਕ ਆਪਣੇ ਘਰਾਂ ਵਿੱਚ 9 ਵਜੇ ਤਾਈਂ ਉੱਠਦੇ ਨਹੀਂ ਸੀ ਉਹ ਕਿਸੇ ਸਵੇਰੇ ਹੀ ਸੈਰ ਕਰਨ ਲਈ ਆਉਂਦੇ, ਕਹਿੰਦੇ ਬਗੀਚੇ ਵਿੱਚ ਕਹਿੰਦੇ ਚੜ੍ਹਦੇ ਸੂਰਜ ਦੇ ਦਰਸ਼ਨ ਕਰਦੇ, ਜਿਨ੍ਹਾਂ ਨੂੰ ਕਹਿੰਦੇ ਉੱਕਾ ਪੀਣ ਦੀ ਆਦਤ ਸੀ ਘਰੇ ਸਿਗਰਟ ਵਗੈਰਾ, ਉਹ ਕਹਿੰਦੇ ਰਾਤ ਗਏ ਕਾਫੀ ਰਾਤ ਨੂੰ ਜਦੋਂ ਦਰਵਾਜ਼ਾ ਬੰਦ ਕਰਕੇ ਕਹਿੰਦੇ ਸਿਗਰਟ ਵਗੈਰਾ ਪੀਂਦੇ, ਕਹਿੰਦੇ ਜਿਨ੍ਹਾਂ ਨੇ ਲੋਕਾਂ ਨੇ ਘਰੇ ਆਪਣੇ ਨੌਕਰਾਂ ਦੇ ਕਹਿੰਦੇ ਸਿਰਾਂ 'ਚ ਦਮ ਕੀਤਾ ਹੋਇਆ ਸੀ, ਕਹਿੰਦੇ ਨੌਕਰਾਂ ਨੂੰ ਕਹਿੰਦੇ ਸਿੱਧੇ ਢੰਗ ਨਾਲ ਉਹਨਾਂ ਨੂੰ ਗੱਲ ਨਹੀਂ ਕਰਦੇ ਸੀ, ਕਹਿੰਦੇ ਅੱਜ ਕੱਲ੍ਹ ਉਹ ਕੀ ਸੀ ਸ਼੍ਰੀ ਮਾਨ ਖੇਲੇ ਬਿਨਾਂ ਗੱਲ ਨਹੀਂ ਸੀ ਕਰ ਰਹੇ, ਕਹਿੰਦੇ ਉਹਨਾਂ ਦੀ ਨਿਸ਼ਠਾ ਦੇਖ ਕੇ ਕਹਿੰਦੇ ਧਰਮ ਪ੍ਰਤੀ ਉਹਨਾਂ ਦੀ ਨਿਸ਼ਠਾ ਦੇਖ ਕੇ ਜਿਹੜੇ ਬਜ਼ਾਰੀ ਲੋਕ ਸੀ ਉਹਨਾਂ ਨੂੰ ਵੀ ਆਪਣੀ ਨੌਕਰੀ ਤੋਂ ਖਤਰਾ ਲੱਗਣ ਲੱਗ ਪਿਆ ਸੀ, ਕਹਿੰਦੇ ਜਿਹੜੇ ਲੋਕ ਕੀ ਹੈ ਕਿਤਾਬਾਂ ਤੋਂ ਨਫ਼ਰਤ ਕਰਦੇ ਸੀ ਜਿਨ੍ਹਾਂ ਨੂੰ ਕਿਤਾਬਾਂ ਪੜ੍ਹਨਾ ਪਸੰਦ ਨਹੀਂ ਸੀ, ਅੱਜ ਕੱਲ੍ਹ ਉਹ ਦਿਖਾਵੇ ਲਈ ਕਹਿੰਦੇ ਵੱਡੇ ਵੱਡੇ ਗ੍ਰੰਥ ਵਿੱਚ ਰੁੱਝੇ ਰਹਿੰਦੇ, ਗ੍ਰੰਥ ਪੜ੍ਹਨ ਵਿੱਚ ਲੱਗੇ ਰਹਿੰਦੇ, ਕਹਿੰਦੇ ਹਰ ਕੋਈ ਕਹਿੰਦੇ ਆਪਣੇ ਆਪ ਨੂੰ ਸਦਾਚਾਰ ਅਤੇ ਨਿਮਰਤਾ ਦਾ ਦੇਵਤਾ ਕਹਾ ਰਿਹਾ ਸੀ, ਭਾਵ ਹਰੇਕ ਅੱਜ ਸ਼ੋਅ ਕਰ ਰਿਹਾ ਸੀ ਮੇਰੇ ਵਿੱਚ ਬਹੁਤ ਨਿਮਰਤਾ ਅਤੇ ਵਧੀਆ ਸਦਾਚਾਰ, ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਕੋਈ ਦੇਰ ਰਾਤ ਤੱਕ ਮੰਤਰ ਪੜ੍ਹਨ ਵਿੱਚ ਲੱਗਾ ਰਹਿੰਦਾ ਅਤੇ ਕੋਈ ਕਹਿੰਦੇ ਨਿਵਾਸ ਰੂਪ ਪੜ੍ਹਦਾ ਰਹਿੰਦਾ, ਕਹਿੰਦੇ ਸਾਰੇ ਲੋਕ ਸੋਚ ਰਹੇ ਸੀ ਵੀ ਇਹ ਜੀ ਦਾ
ਝਾਂਜਣ ਦਾ ਸਿਰਫ ਇੱਕ ਮਹੀਨੇ ਦੀ ਪਰੇਸ਼ਾਨੀ ਹੈ, ਕਿਸੇ ਤਰ੍ਹਾਂ ਨਾਲ ਇਸ ਨਾਲ ਘੱਟ ਨਜਿੱਠ ਲਿਆ ਜਾਵੇ। ਉਸ ਤੋਂ ਬਾਅਦ ਕਹਿੰਦੇ ਜਦੋਂ ਕੰਮ ਬਣ ਗਿਆ ਵੀ ਜੇ ਕੋਈ ਉਮੀਦਵਾਰ ਆਪਣੇ ਆਪ 'ਚ ਇਹ ਸੋਚ ਰਿਹਾ ਸੀ ਵੀ ਜਦੋਂ ਦੀਵਾਨ ਦੀ ਪਦਵੀ ਨਿਯੁਕਤ ਹੋ ਗਿਆ ਤਾਂ ਫਿਰ ਇਹੋ ਜਿਹੇ ਕੰਮਾਂ ਦੀ ਕੋਈ ਜ਼ਰੂਰਤ ਨਹੀਂ ਹੋਏਗੀ, ਭਾਵੇਂ ਇਹਨਾਂ ਦਿਖਾਵਿਆਂ ਦੀ ਕੋਈ ਜ਼ਰੂਰਤ ਨਹੀਂ ਹੋਏਗੀ। ਪਰ ਉਹ ਬਜ਼ੁਰਗ ਜੋਰੀ ਕਿਹਨੂੰ ਕਿਹਾ ਗਿਆ ਇੱਥੇ? ਰਿਆਸਤ ਦੇ ਦੀਵਾਨ ਸਜਾਨ ਸਿੰਘ ਨੂੰ ਕਿਹਾ ਹੋਇਆ ਵੀ ਉਹ ਕਹਿੰਦੇ ਇਹਨਾਂ ਬਗਲਿਆਂ ਨੂੰ ਜਿਹਨੂੰ ਕਿਹਾ ਸੁਣ ਦੇਖ ਰਿਹਾ ਸੀ, ਬਗਲਿਆਂ ਨੂੰ ਸਾਰੇ ਉਮੀਦਵਾਰਾਂ ਨੂੰ ਬਗਲੇ ਕਿਹਾ ਗਿਆ ਜਿਹੜੇ ਕੀ ਆ ਚੰਗੇ ਮੁੰਡ ਦਾ ਦਿਖਾਵਾ ਕਰ ਰਹੇ ਸੀ। ਉਹ ਕਹਿੰਦੇ ਹੰਸ ਲੁਕਿਆ ਹੋਇਆ, ਹੰਸ ਦੇਖ ਰਿਹਾ ਸੀ, ਉਹ ਦੇਖ ਰਿਹਾ ਸੀ ਇਹਦਾ ਸਾਰਾ ਕੁਛ ਕਿ ਉਹ ਉਮੀਦਵਾਰ ਕਿੱਥੇ ਲੁਕਿਆ ਹੋਇਆ ਜਿਹੜਾ ਕਿ ਇਸ ਪਦਵੀ ਦੇ ਯੋਗ ਹੈ। ਤਾਂ ਕਹਿੰਦੇ ਇੱਕ ਦਿਨ ਫਿਰ ਕਹਿੰਦੇ ਸਾਰੇ ਜਿਹੜੇ ਨਵੇਂ ਫੈਸ਼ਨ ਵਾਲੇ ਲੋਕ ਸੀਗੇ, ਜਿਹੜੇ ਨਵੇਂ ਲੋਕ ਆਏ ਸੀਗੇ, ਤੇ ਉਹਨਾਂ ਨੂੰ ਕੀ ਸੁੱਝਿਆ, ਉਹਨਾਂ ਨੇ ਕੀ ਦਿਮਾਗ ਵਿੱਚ ਆਇਆ, ਕੀ ਸੋਚਿਆ ਵੀ ਕਿਉਂ ਨਾ ਹਾਕੀ ਦੀ ਖੇਡ ਖੇਡੀ ਜਾਵੇ। ਉਹਨਾਂ ਨੇ ਕੀ ਸੀ ਯੋਜਨਾ ਬਣਾ ਲਈ, ਕਹਿੰਦੇ ਇਹ ਯੋਜਨਾ ਕੀ ਸੀ? ਹਾਕੀ ਦੇ ਖਿਡਾਰੀਆਂ ਦੀ ਸੀ। ਕਹਿੰਦੇ ਉਹਨਾਂ ਨੇ ਸੋਚਿਆ ਵੀ ਇਹ ਵੀ ਇੱਕ ਤਰ੍ਹਾਂ ਦੀ ਕਲਾ ਹੀ ਹੈ, ਇਹਨੂੰ ਕਿਉਂ ਲੁਕਾ ਕੇ ਰੱਖਿਆ ਜਾਵੇ। ਇਸੇ ਤਰ੍ਹਾਂ ਕੀ ਹੈ ਉਹਨਾਂ ਦਾ ਮੈਚ ਫਿਕਸ ਹੋ ਗਿਆ। ਤਾਂ ਕਹਿੰਦੇ ਇਹ ਖੇਡ ਕਹਿੰਦੇ ਜਿਹੜੇ ਦੀਵਾਨ ਰਿਆਸਤ ਦੇ ਲੋਕ ਸੀਗੇ, ਦੀਵਾਨ ਗੜ੍ਹਦੀ ਦੇ, ਉਹਨਾਂ ਵਾਸਤੇ ਬਿਲਕੁਲ ਨਵੀਂ ਖੇਡ ਸੀ। ਕਹਿੰਦੇ ਜਿਹੜੇ ਭਲੇ ਮਾਨਸ ਲੋਕ ਸੀ ਉਹ ਕਿਹੜੀਆਂ ਖੇਡਾਂ ਖੇਡਦੇ ਸੀ? ਇੱਥੇ ਦੇ ਲੋਕ ਸਿਰਫ ਸ਼ਤਰੰਜ ਅਤੇ ਤਾਸ਼ ਵਰਗੀਆਂ ਗੰਭੀਰ ਖੇਡਾਂ ਖੇਡਦੇ ਸੀ। ਜਿਹੜੀ ਹਾਕੀ ਦੀ ਖੇਡ ਸੀ ਉਹਨਾਂ ਵਾਸਤੇ ਕੀ ਲੱਗਦਾ ਸੀ ਵੀ ਇਹ ਕੀ ਹੈ, ਬੱਚਿਆਂ ਦੀ ਖੇਡ ਹੈ। ਪਰ ਕਹਿੰਦੇ ਜਦੋਂ ਕਹਿੰਦੇ ਇਸ ਖੇਡ ਵਿੱਚ ਕਹਿੰਦੇ ਜਦੋਂ ਇੱਕ ਦੂਜੇ ਦਾ ਗਿੱਧਾ ਰੋਕਦੇ, ਕਹਿੰਦੇ ਇੱਕ ਪਾਸੇ ਧਾਵਾ ਕਰਨ ਵਾਲਾ ਤੇਜ਼ੀ ਨਾਲ ਦੌੜਦਾ, ਦੂਜੇ ਪਾਸੇ ਮੂਰਤੀ ਕਹਿੰਦੇ ਰੋਕਦਾ, ਕਹਿੰਦੇ ਜੇ ਵਧੀਆ ਲੋਕ ਕਾਫ਼ੀ ਕਹਿੰਦੇ ਸ਼ਾਮ ਤੱਕ ਇਸ ਚੀਜ਼ ਦੀ ਰੌਣਕ ਲੱਗੀ ਰਹੀ। ਅਤੇ ਆਖਰ ਕਹਿੰਦੇ ਕੋਈ ਜਿੱਤ ਹਾਰ ਦਾ ਕੀ ਹੈ ਫੈਸਲਾ ਨਾ ਕਰ ਸਕਿਆ, ਤਾਂ ਫਿਰ ਉਹਨਾਂ ਨੇ ਕੀ ਹੈ ਵੀ ਇਹ ਗੇਮ ਖੇਡਣੀ ਛੱਡ ਦਿੱਤੀ ਜਦੋਂ ਕੋਈ ਫੈਸਲਾ ਨਾ ਹੋ ਸਕਿਆ। ਤਾਂ ਕਹਿੰਦੇ ਦੂਸਰੇ ਪਾਸੇ ਹਨੇਰਾ ਵੀ ਕਾਫ਼ੀ ਹੋ ਚੁੱਕਿਆ ਸੀ, ਕਹਿੰਦੇ ਉਹ ਮਨਾਪ ਤੋਂ ਘਰ ਜਾਣ ਦੀ ਤਿਆਰੀ ਕਰ ਰਹੇ ਸੀ। ਤਾਂ ਜਿਹੜੇ ਮੈਦਾਨ ਵਿੱਚੋਂ ਗੇਮ ਖੇਡ ਰਹੇ ਸੀ ਲੋਕੀ ਦੇ, ਉਹ ਤੋਂ ਥੋੜ੍ਹੀ ਜਿਹੀ ਦੂਰੀ 'ਤੇ ਇੱਕ ਨਾਲਾ ਸੀਗਾ, ਰਸਤਾ ਸੀਗਾ, ਉਹ ਨਾਲੇ ਉੱਤੇ ਕੋਈ ਪੁਲ ਨਹੀਂ ਸੀਗਾ ਕਿਉਂਕਿ ਰਸਤਾ ਨਹੀਂ ਬਣਿਆ ਹੋਇਆ ਸੀ ਨਾਲੇ ਦੇ ਉੱਪਰ, ਤਾਂ ਰਸਤਾ ਮਾਫੀ ਲੈਣਾ ਪੈਂਦਾ ਸੀ ਪਹਿਲਾਂ ਉਹ ਨਾਲੇ ਉੱਤੇ ਕ੍ਰੋਸ ਕਰਕੇ ਨਾਲੇ ਦੇ ਉੱਤੇ ਜਾ ਕੇ ਕੀ ਹੈ ਅੱਗੇ ਰਸਤੇ 'ਤੇ ਜਾਣਾ ਪੈਂਦਾ ਸੀ। ਤਾਂ ਖਿਡਾਰੀਆਂ ਦੀ ਹਜੇ ਖੇਡ ਬੰਦ ਹੀ ਹੋਈ ਸੀ, ਉਹ ਕੀ ਸੀ ਖੇਡ ਬੰਦ ਕਰਕੇ ਸਾਹ ਲੈ ਰਹੇ ਸੀ, ਮਤਲਬ ਕੁਝ ਰੈਸਟ ਕਰ ਰਹੇ ਸੀ, ਆਰਾਮ ਕਰ ਰਹੇ ਸੀ। ਤਾਂ ਉਹਨਾਂ ਨੇ ਕੀ ਦੇਖਿਆ ਵੀ ਇੱਕ ਕਿਸਾਨ ਦਾ ਜਿਹੜਾ ਅਨਪੜ੍ਹ ਭਰਿਆ ਹੋਇਆ ਬੰਦਾ ਕਿ ਉਹ ਚਿੱਕੜ ਵਿੱਚ ਡਿੱਗ ਗਿਆ ਹੈ, ਵੀ ਲੰਘ ਚਿੱਕੜ ਤੋਂ ਬਾਹਰ ਨਹੀਂ ਖੁੱਭ ਗਿਆ ਹੈ ਬੰਦਾ, ਤਾਂ ਉਸ ਤੋਂ ਅੱਗੇ ਨਹੀਂ ਲੰਘ ਰਿਹਾ। ਤਾਂ ਉਹ ਕਦੇ ਕਹਿੰਦੇ ਜਿਹੜਾ ਕਿਸਾਨ ਸੀ ਕਦੇ ਬਲਦਾਂ ਨੂੰ ਲੁਕਾਉਂਦਾ ਸੀ ਅਤੇ ਕਦੇ ਕੀ ਹੈ ਜ਼ੋਰ ਨਾਲ ਟਾਇਰਾਂ ਗੱਡੇ ਦੇ ਪਹੀਆਂ ਨੂੰ ਧੱਕ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਤੋਂ ਇਕੱਲੇ ਤੋਂ ਕੁਛ ਨਹੀਂ ਸੀ ਹੋ ਰਿਹਾ। ਜੇ ਉਹ ਵੱਡਾ ਉੱਪਰ ਚੜ੍ਹਦਾ ਸੀ ਤਾਂ ਥੋੜ੍ਹਾ ਚੜ੍ਹਦਾ ਫਿਰ ਥੱਲੇ ਨੂੰ ਕੀ ਹੈ ਖਿਸਕ ਜਾਂਦਾ ਸੀ। ਇਸ ਤਰ੍ਹਾਂ ਵਾਰ ਵਾਰ ਜ਼ੋਰ ਲਗਾ ਕੇ ਕੀ ਹੈ ਜਿਹੜੇ ਬਲਦਾਂ ਵੀ ਕੀ ਹੈ ਖਿੱਚ ਗਏ ਸੀ ਅਤੇ ਉਹ ਬਲਦਾਂ ਨੂੰ ਵੀ ਕੀ ਹੈ ਮਾਰਦਾ ਸੀ। ਤਾਂ ਫਿਰ ਉਹ ਕੀ ਸੀ ਨਿਰਾਸ਼ ਹੋ ਕੇ ਇੱਧਰ ਉੱਧਰ ਦੇਖ ਰਿਹਾ ਸੀ, ਪਰ ਉਹਨੂੰ ਕੋਈ ਵੀ ਸਹਾਇਤਾ ਕਰਨ ਵਾਲਾ ਨਜ਼ਰ ਨਹੀਂ ਸੀ ਆ ਰਿਹਾ ਅਤੇ ਉਹ ਰਾਤ ਦੇ ਸਮੇਂ ਕੀ ਸੀ ਗੱਡਾ ਇਕੱਲਾ ਵੀ ਨਹੀਂ ਸੀ ਛੱਡ ਕੇ ਜਾ ਸਕਦਾ ਸੀ। ਤਾਂ ਉਹ ਆਪਣੇ ਆਪ ਨੂੰ ਕਿਹਦੇ ਵਿੱਚ ਔਕੜ ਵਿੱਚ ਫਸਿਆ ਹੋਇਆ, ਮੁਸੀਬਤ ਵਿੱਚ ਫਸਿਆ ਹੋਇਆ ਮਹਿਸੂਸ ਕਰ ਰਿਹਾ ਸੀ। ਤਾਂ ਇਸ ਸਮੇਂ ਦੌਰਾਨ ਕੀ ਹੋਇਆ, ਕਹਿੰਦੇ ਜਿਹੜੇ ਹਾਕੀ ਖਿਡਾਰੀ ਸੀ ਉਹ ਵੀ ਕੀ ਸੀ ਆਪਣੀਆਂ ਹਾਕੀਆਂ ਲੈ ਕੇ ਜਿਹੜੇ ਦੀਵਾਨ ਰਿਆਸਤ ਵੱਲ ਜਿਹੜੇ ਦੀਵਾਨ ਦਰਬਾਰ ਵੱਲ ਨੂੰ ਕੀ ਜਾ ਰਹੇ ਸੀਗੇ। ਤਾਂ ਉਹਨਾਂ ਨੇ ਕੀ ਕੀਤਾ, ਕਹਿੰਦੇ ਖਿਡਾਰੀਆਂ ਨੇ ਕੀ ਸੀ ਸਹਿਮੀਆਂ ਹੋਈਆਂ ਨਿਗਾਹ ਨਾਲ ਕਿਹਨੂੰ ਦੇਖਿਆ, ਨਜ਼ਰਾਂ ਨਾਲ ਕਿਸਾਨ ਨੂੰ ਦੇਖਿਆ, ਪਰ ਨਾਲ ਹੀ ਦੇਖਦੇ ਆਪਣੀਆਂ ਅੱਖਾਂ ਬੰਦ ਕਰ ਦਿੱਤੀ, ਭਾਵ ਕਿ ਉਹਨਾਂ ਨੇ ਅਣਗੌਲਿਆ ਕਰਤਾ ਉਸ ਚੀਜ਼ ਨੂੰ ਲਾਪਰਵਾਹੀ। ਤਾਂ ਉਹਨਾਂ ਨੇ ਕੀ ਕੀਤਾ ਕਿਸਾਨ ਵੱਲ ਦੇਖਿਆ ਅਤੇ ਫਿਰ ਉੱਥੋਂ ਅੱਗੇ ਲੰਘ ਆਏ ਅਤੇ ਕਿਸਾਨ ਤੋਂ ਵੀ ਉਹਨਾਂ ਤੋਂ ਮਦਦ ਮੰਗਣ ਦਾ ਸਾਹਸ ਨਾ ਹੋਇਆ, ਤਾਂ ਕਿਸਾਨ ਤੋਂ ਵੀ ਉਹਨਾਂ ਤੋਂ ਹਿੰਮਤ ਨਾ ਹੋਈ ਕਿ ਮੈਂ ਇਹਨਾਂ ਤੋਂ ਮਦਦ ਮੰਗ ਸਕਾਂ। ਪਰ ਕਹਿੰਦੇ ਕੀ ਹੋਇਆ, ਕਹਿੰਦੇ ਉਹਨਾਂ ਖਿਡਾਰੀਆਂ ਵਿੱਚ ਕੋਈ ਦਰਦ ਨਹੀਂ ਸੀ, ਕੋਈ ਪੀੜ ਨਹੀਂ ਸੀ, ਕੋਈ ਕਿਸੇ ਦਾ ਦੁੱਖ ਸਮਝਣ ਵਾਲਾ ਨਹੀਂ ਸੀ, ਸਿਰਫ ਉਹਨਾਂ ਨੂੰ ਆਪਣੇ ਮਤਲਬ ਆਪਣੇ ਸਵਾਰਥ ਦਾ ਮਤਲਬ ਸੀ ਕਿ ਸਾਨੂੰ ਕਿਸ ਤਰ੍ਹਾਂ ਨਾਲ ਜਿਹੜੀ ਉਮੀਦਵਾਰੀ ਜਿਹੜੀ ਦੀਵਾਨੀ ਦੀ ਪਦਵੀ ਪ੍ਰਾਪਤ ਹੋ ਜਾਵੇ। ਪਰ ਉਹਨਾਂ ਦੇ ਸਮੂਹ ਵਿੱਚ ਕਹਿੰਦੇ ਖਿਡਾਰੀਆਂ ਦੇ ਸਮੂਹ ਵਿੱਚ ਇੱਕ ਅਜਿਹਾ ਵਿਅਕਤੀ ਸੀਗਾ ਜਿਹੜਾ ਕੀ ਸੀ ਸਾਫ ਦਿਲ ਸੀ, ਜਿਹਦੇ ਦਿਲ ਵਿੱਚ ਇਤਿਹਾਸ ਸੀ, ਉਦਾਰਤਾ ਸੀ ਅਤੇ ਨਾਲ ਹੀ ਸਾਹਸ ਸੀਗਾ, ਹਿੰਮਤ ਸੀਗੀ ਕੰਮ ਕਰਨ ਦੀ। ਕਹਿੰਦੇ ਭਾਵੇਂ ਉਹਦੇ ਹਾਕੀ ਖੇਡਦੇ ਹੋਏ ਪੈਰ 'ਤੇ ਸੱਟ ਲੱਗ ਚੁੱਕੀ ਸੀ ਅਤੇ ਉਹ ਹੌਲੀ ਹੌਲੀ ਲਗਾਉਂਦਾ ਹੋਇਆ ਆ ਰਿਹਾ ਸੀ, ਪਰ ਫਿਰ ਵੀ ਕਹਿੰਦੇ ਉਹਦੀ ਨਿਗਾਹ ਕਿਤੇ ਪਈ ਗੱਡੇ ਦੇ ਪਈ ਅਤੇ ਕਿਸਾਨ ਦੀ ਸੂਰਤ ਦੇਖ ਕੇ ਉਹਨੂੰ ਪਤਾ ਚੱਲ ਗਿਆ। ਤਾਂ ਕਹਿੰਦੇ ਉਹਨੇ ਕੀ ਕੀਤਾ, ਕਹਿੰਦੇ ਸੂਰਤ ਹੁੰਦਾ ਕਿ ਸ਼ਕਲ, ਤਾਂ ਉਹਨੇ ਨਿਗਾਹ ਨਜ਼ਰ ਲਗਾ ਤੇ ਵੀ ਕਿਸਾਨ ਦੇ ਗੱਡੇ ਦੇ ਪਈ ਜਿਹੜਾ ਕੀ ਸੀ ਕਹਿੰਦੇ ਚਿੱਕੜ ਵਿੱਚ ਕੁੱਬਿਆ ਹੋਇਆ ਸੀ ਅਤੇ ਕਹਿੰਦੇ ਕਿਸਾਨ ਦੀ ਜਿਹੜੀ ਸ਼ਕਲ ਦੇਖ ਕੇ ਉਹਨੂੰ ਪਤਾ ਲੱਗ ਗਿਆ ਸੀ ਜਿਹੜਾ ਕਿਸਾਨ ਹੈ ਉਹ ਮੁਸੀਬਤ ਵਿੱਚ ਫਸਿਆ ਹੋਇਆ। ਤਾਂ ਉਹਨੇ ਕੀ ਸੀ ਆਪਣਾ ਜਿਹੜਾ ਕੋਟ ਉਤਾਰ ਕੇ ਕਿਨਾਰੇ ਉੱਤੇ ਰੱਖ ਦਿੱਤਾ ਅਤੇ ਇੱਕ ਆਪਣੀ ਹਾਕੀ ਸਾਈਡ ਉੱਤੇ ਰੱਖ ਦਿੱਤੀ, ਇੱਕ ਪਾਸੇ ਰੱਖ ਦਿੱਤੀ ਅਤੇ ਕਿਸਾਨ ਨੂੰ ਕਹਿੰਦਾ ਮੈਂ ਤੇਰਾ ਗੱਡਾ ਕੱਢ ਕੇ ਦੇਵਾਂਗਾ। ਤਾਂ ਕਿਸਾਨ ਨੇ ਦੇਖਿਆ ਤਾਂ ਉਹਦੇ ਸਾਹਮਣੇ ਕੀ ਸੀ ਇੱਕ ਗੱਠੇ ਸਰੀਰ ਵਾਲਾ ਮਜ਼ਬੂਤ ਸਰੀਰ ਵਾਲਾ ਨੌਜਵਾਨ ਉਹਦੇ ਸਾਹਮਣੇ ਖੜ੍ਹਾ ਸੀ।
ਤਾਂ ਝੁੱਕ ਕੇ ਬੋਲਿਆ, ਹਜ਼ੂਰ ਮੈਂ ਤੁਹਾਨੂੰ ਕਿਵੇਂ ਕਹਾਂ? ਤਾਂ ਨੌਜਵਾਨ ਨੇ ਕੀ ਕਿਹਾ, ਕਹਿੰਦੇ ਤੁਸੀਂ ਬੜੀ ਦੇਰ ਤੋਂ ਇੱਥੇ ਖੜ੍ਹੇ ਹੋ, ਤੁਸੀਂ ਕੀ ਕਿਹਾ? ਵੀ ਤਾਂ ਕਿਸਾਨ ਨੇ ਕੀ ਕਿਹਾ ਵੀ ਤੁਸੀਂ ਖੁਦ ਜ਼ਖਮੀ ਹੋ, ਮੈਂ ਤੁਹਾਨੂੰ ਕਿਵੇਂ ਕਹਾਂ, ਤੁਸੀਂ ਮੇਰਾ ਗੱਡਾ ਬਾਹਰ ਕੱਢ ਦਿਓ। ਤਾਂ ਫਿਰ ਨੌਜਵਾਨ ਨੇ ਕੀ ਕਿਹਾ, ਜਿਹੜਾ ਉਹ ਨੌਜਵਾਨ ਜ਼ਖਮੀ ਨੌਜਵਾਨ ਸੀ, ਉਹਨੇ ਕੀ ਕਿਹਾ ਵੀ ਤੁਸੀਂ ਕਾਫ਼ੀ ਦੇਰ ਤੋਂ, ਕਾਫ਼ੀ ਸਮੇਂ ਤੋਂ ਇੱਥੇ ਖੜ੍ਹੇ ਹੋ, ਤੁਸੀਂ ਕੀ ਉਮੀਦ ਕਰੋ, ਤੁਸੀਂ ਆਪਣੇ ਬਲਦਾਂ ਨੂੰ ਸਾਧੋ ਅਤੇ ਮੈਂ ਕੀ ਆ ਤੁਹਾਡਾ ਗੱਡਾ ਪਿੱਛੋਂ ਕੀ ਆ ਧਰ ਦਾਂਗਾ। ਅਤੇ ਇਸੇ ਤਰ੍ਹਾਂ ਹੀ ਕੀ ਕੀਤਾ, ਜਿਹੜਾ ਕਿਸਾਨ ਸੀ ਉਹ ਗੱਡੇ ਉੱਤੇ ਜਾ ਬੈਠਾ, ਤਾਂ ਨੌਜਵਾਨ ਨੇ ਪਹੀਏ ਨੂੰ ਧੱਕਾ ਮਾਰਿਆ ਬਹੁਤ। ਚੇਕਰ ਸੀ ਉਹ ਵੀ ਕੀ ਸੀ, ਜ਼ਮੀਨ ਤਰ ਗੋਡਿਆਂ ਦਾ ਜ਼ਮੀਨ ਵਿੱਚ ਧੱਸ ਗਿਆ, ਪਰ ਉਹਨੇ ਕੀ ਸੀ ਹਿੰਮਤ ਨਾਲ ਫਿਰ ਜ਼ੋਰ ਲਾਇਆ ਅਤੇ ਇਸ ਤਰ੍ਹਾਂ ਕੀ ਸੀ ਬਲਦਾਂ ਨੂੰ ਸਹਾਰਾ ਮਿਲਿਆ ਅਤੇ ਗੱਡਾ ਉੱਪਰ ਚੜ੍ਹ ਗਿਆ। ਅਤੇ ਇਸ ਤਰ੍ਹਾਂ ਕੀ ਸੀ, ਕਿਸਾਨ ਨੇ ਕੀ ਕੀਤਾ, ਨੌਜਵਾਨ ਦਾ ਹੱਥ ਜੋੜ ਕੇ ਧੰਨਵਾਦ ਕੀਤਾ। ਅਤੇ ਕਹਿੰਦੇ ਕਿਸਾਨ ਨੇ ਕਿਹਾ ਕਿ ਤੁਸੀਂ ਮੈਨੂੰ ਬਾਹਰ ਕੱਢ ਲਿਆ, ਨਹੀਂ ਤਾਂ ਮੈਨੂੰ ਰਾਤ ਇੱਥੇ ਹੀ ਕੱਟਣੀ ਪੈਣੀ। ਪਰ ਨੌਜਵਾਨ ਨੇ ਕੀ ਕਿਹਾ ਵੀ ਤੁਸੀਂ ਮੈਨੂੰ ਕੁਝ ਇਨਾਮ ਦਿਓ। ਤਾਂ ਕਿਸਾਨ ਨੇ ਗੰਭੀਰ ਹੁੰਦੇ ਹੋਏ ਕਿਹਾ, ਹੋ ਸਕਦਾ ਇੱਥੇ ਭਗਵਾਨ ਨੇ ਚਾਹਿਆ ਤਾਂ ਮੈਨੂੰ ਕੀ ਹੈ ਦੀਵਾਨੀ ਦੀ ਪਦਵੀ ਮਿਲੇਗੀ। ਤਾਂ ਉਸ ਸਮੇਂ ਕੀ ਕੀਤਾ, ਜਿਹੜਾ ਨੌਜਵਾਨ ਸੀ ਉਹਨੇ ਕਿਸਾਨ ਦਾ ਥੋੜ੍ਹਾ ਧਿਆਨ ਨਾਲ ਦੇਖਿਆ, ਗੌਰ ਨਾਲ ਦੇਖਿਆ, ਤਾਂ ਉਹਦੇ ਮਨ ਵਿੱਚ ਕੀ ਹੈ ਸ਼ੱਕ ਪੈਦਾ ਹੋਇਆ ਵੀ ਕਿਤੇ ਇਹ ਆਵਾਜ਼ ਕੀ ਹੈ ਸੁਜਾਨ ਸਿੰਘ ਦੀ ਤਾਂ ਨਹੀਂ, ਚਿਹਰਾ ਵੀ ਉਹਦੇ ਨਾਲ ਹੀ ਮਿਲਦਾ ਮਿਲਦਾ ਹੈ, ਸਿਰਫ ਪਹਿਰਾਵਾ ਹੀ ਬਦਲਿਆ ਹੋਇਆ। ਤਾਂ ਜਿਹੜਾ ਕਿਸਾਨ ਸੀ ਉਹ ਵੀ ਕੀ ਸੀ ਨੌਜਵਾਨ ਦੇ ਦਿਲ ਦਾ ਸ਼ੱਕ ਸਮਝ ਗਿਆ। ਤਾਂ ਉਹਨੇ ਮੁਸਕਰਾਉਂਦੇ ਹੋਏ ਕਿਹਾ ਵੀ ਗਹਿਰੇ ਸਮੁੰਦਰਾਂ ਵਿੱਚ ਪੋਤੇ ਜਾਣ ਨਾਲ ਹੀ ਕੀ ਹੈ ਮੋਤੀ ਪ੍ਰਾਪਤ ਹੁੰਦੇ ਹੈ। ਤਾਂ ਮਹੀਨੇ ਬਾਅਦ ਕੀ ਸੀ ਚੋਣ ਦਾ ਦਿਨ ਆ ਗਿਆ, ਸਾਰੇ ਉਮੀਦਵਾਰ ਦੇ ਆਪਣੇ ਉਮੀਦਵਾਰੀ ਦਾ ਫੈਸਲਾ ਸੁਣਨ ਲਈ ਕੀ ਸੀ ਤਾਪੇ ਸੀਗੇ, ਸਾਰਿਆਂ ਵਾਸਤੇ ਕੀ ਸੀ ਦਿਨ ਕੱਟਣਾ ਮੁਸ਼ਕਲ ਹੋ ਗਿਆ ਸੀ, ਸਾਰਿਆਂ ਦੇ ਚਿਹਰੇ 'ਤੇ ਆਸ਼ਾ ਅਤੇ ਨਿਰਾਸ਼ਾ ਦੇ ਰੰਗ ਝੱਕ ਰਹੇ ਸੀ, ਸਾਰਿਆਂ ਨੂੰ ਆਇਆ ਸੀ ਪਤਾ ਨਹੀਂ ਕਿਸ ਦੇ ਕੀ ਇਹ ਨਸੀਬ ਚੱਪਣਗੇ ਭਾਗ ਚੱਪਣਗੇ। ਤਾਂ ਉਸ ਸਮੇਂ ਕੀ ਸੀ ਦਰਬਾਰ ਵਿੱਚ ਸਜਾਇਆ ਗਿਆ, ਸਾਰੇ ਲੋਕ ਉੱਥੇ ਪਹੁੰਚ ਚੁੱਕੇ ਸੀ। ਤਾਂ ਸਜਾਨ ਸਿੰਘ ਨੇ ਖੜ੍ਹੇ ਹੋ ਕੇ ਸਾਰੇ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਜਵਾਨੀ ਦੀ ਪਦਵੀ ਵਾਸਤੇ ਤੁਹਾਨੂੰ ਜੋ ਵੀ ਕਸ ਕੀਤਾ ਉਸ ਦੇ ਲਈ ਕੀ ਹੈ ਮੈਨੂੰ ਮਾਫ਼ ਕਰਨਾ। ਤਾਂ ਮੈਨੂੰ ਕੀ ਹੈ ਅਜੇ ਵਿਅਕਤੀ ਦੀ ਲੋੜ ਸੀ ਜਿਹੜਾ ਇਹਦੇ ਦਿਲ ਵਿੱਚ ਕੀ ਹੈ ਤਿਆਰ ਹੋਵੇ, ਆਤਮ ਬਲ ਹੋਵੇ, ਉਦਾਰ ਹੋਵੇ ਅਤੇ ਮੁਸੀਬਤ ਦਾ ਬਹਾਦਰੀ ਨਾਲ ਸਾਹਮਣਾ ਕਰੇ। ਤਾਂ ਕੀ ਕਿਹਾ ਕਿਸਮਤ ਨਾਲ ਕੀ ਹੈ ਰਿਆਸਤ ਨੂੰ ਜਿਹਾ ਆਦਮੀ ਮਿਲ ਗਿਆ ਹੈ, ਤਾਂ ਮੈਂ ਕੀ ਹੈ ਰਿਆਸਤ ਨੂੰ ਪੰਡਿਤ ਜਾਨਕੀ ਨਾਥ ਵਰਗਾ ਦੀਵਾਨ ਪਾਉਣ ਦੀ ਵਧਾਈ ਦਿੰਦਾ ਹਾਂ। ਤਾਂ ਫਿਰ ਉਸਨੇ ਕੀ ਕਿਹਾ ਵੀ ਮੈਂ ਕਿਹਨੂੰ ਦੀਵਾਨ ਚੁਣਿਆ, ਉਹਨੇ ਪੰਡਿਤ ਜਾਨਕੀ ਨਾਥ ਨੂੰ। ਅਤੇ ਪੰਡਿਤ ਜਾਨਕੀ ਨਾਥ ਕੌਣ ਸੀ, ਉਹ ਜ਼ਖਮੀ ਨੌਜਵਾਨ ਸੀ ਜਿਹਨੇ ਕੀ ਸੀ ਕਿਸਾਨ ਦਾ ਗੱਡਾ ਕੀ ਸੀ ਚਿੱਕੜ ਵਿੱਚੋਂ ਕੱਢਿਆ ਸੀ। ਉਹ ਕਿਸਾਨ ਕੌਣ ਸੀ, ਸੁਜਾਨ ਸਿੰਘ ਸੀ ਜਿਹੜਾ ਕਿ ਸੀ ਭੇਸ ਬਦਲ ਕੇ ਸਾਰੇ ਉਮੀਦਵਾਰਾਂ ਨੂੰ ਕੀ ਪ੍ਰੀਖਿਆ ਲੈ ਰਿਹਾ ਸੀ। ਤਾਂ ਫਿਰ ਸੁਜਾਨ ਸਿੰਘ ਨੇ ਕਿਹਾ ਵੀ ਸੋਨੂੰ ਮੈਂ ਚਾਹੁੰਦਾ ਹਾਂ ਕਿ ਸੋਨੂੰ ਮੇਰੀ ਗੱਲ ਮੰਨਣ 'ਚ ਕੋਈ ਇਨਕਾਰ ਨਹੀਂ ਹੋਵੇਗਾ, ਭਾਵ ਤੁਸੀਂ ਸਾਰੇ ਮੇਰੀ ਗੱਲ ਨੂੰ ਮੰਨੋਗੇ। ਤਾਂ ਜਿਹੜਾ ਕਹਿੰਦੇ ਫਿਰ ਉਸਨੇ ਕਿਹਾ ਸੁਜਾਨ ਸਿੰਘ ਨੇ ਕਿਹਾ ਵੀ ਜਿਹੜਾ ਆਪ ਜ਼ਖਮੀ ਹੋ ਕੇ ਇੱਕ ਗਰੀਬ ਕਿਸਾਨ ਦਾ ਭਰਿਆ ਹੋਇਆ ਗੱਡਾ ਚਿੱਕੜ ਵਿੱਚੋਂ ਕੱਢ ਕੇ ਨਾਲ ਉੱਪਰ ਚੜ੍ਹਾ ਦੇਵੇ, ਉਸ ਨਾਲੋਂ ਵੱਧ ਅਦਾਲਤਾਂ ਅਤੇ ਆਤਮ ਬਲ ਵਾਲਾ ਆਦਮੀ ਕੋਈ ਨਹੀਂ ਹੋ ਸਕਦਾ, ਅਤੇ ਅਜਿਹਾ ਆਦਮੀ ਗਰੀਬਾਂ ਨੂੰ ਵੀ ਕਦੇ ਨਹੀਂ ਸਤਾ ਸਕਦਾ, ਚਾਹੇ ਉਸਨੂੰ ਕਿੰਨੇ ਵੀ ਧੋਖੇ ਮਿਲਣ, ਪਰ ਉਹ ਧਰਮ ਅਤੇ ਦਿਆ ਤੋਂ ਕਦੇ ਵੀ ਪਿੱਛੇ ਨਹੀਂ ਹਟੇਗਾ। ਤਾਂ ਇਸ 'ਚ ਕੀ ਦੱਸਿਆ ਹੋਇਆ ਵੀ ਦੀਵਾਨੀ ਦੀ ਪਦਵੀ ਵਾਸਤੇ ਜਿਹੜਾ ਸੁਜਾਨ ਸਿੰਘ ਸੀ ਪ੍ਰੀਖਿਆ ਲੈ ਲਿਆ ਸੀ, ਤਾਂ ਕਿਸ ਤਰ੍ਹਾਂ ਜਿਹੜਾ ਇੱਕ ਨੌਜਵਾਨ ਸੀ ਉਹਨੇ ਆਪਣੀ ਪ੍ਰੀਖਿਆ ਵਿੱਚੋਂ ਪਾਸ ਹੋਇਆ। ਤਾਂ ਕੀ ਕਿਹਾ ਗਿਆ ਜੇ ਆਪਣੇ ਵਿੱਚ ਗੁਣ ਹੈ ਤਾਂ ਆਪਾਂ ਕਿਸੇ ਵੀ ਔਕੜ ਵਿੱਚ ਕਿਸੇ ਵੀ ਪ੍ਰੀਖਿਆ ਤੋਂ ਕੀ ਹੈ ਸਫਲਤਾ ਪ੍ਰਾਪਤ ਕਰ ਸਕਦੇ, ਇਹੀ ਆਪਣਾ